सतनाम करता पुरख निर्भो निर्वैर अकाल मूरत अजूनी शैभं अजूनी शैभं गुरप्रसाद गुरप्रसाद जप आदि सच जुगाद सच आदि सच जुगाद सच है भी सच नानक होसी भी सच तुध आगे अरदास हमारी जियो पिंड सब तेरा सब तेरी वड्याई कोई ना न जाने मेरा कोई ना न जाने मेरा कोई ना न जाने लख खुशियां लख खुशियां लख खुशियां पातशाहियां जे सतगुर नदर करे जे सतगुर नदर करे लख खुशियां लख खुशियां लख खुशियां लख खुशियां लख खुशियां पातशाहियां जे सतगुर नदर करे सतगुर नदर करे नाम दे
मन तन शीतल होए शीतल होए निमुख एक हरि नाम दे मेरा मन तन शीतल होए जिसको पूरब लिखिया तिन सतगुर चरण गहे लख खुशियाँ लख खुशियाँ लख खुशियाँ लख खुशियाँ लख खुशियाँ पातशाहियाँ दे सतगुर नदर करे जे सतगुर नदर करे लख खुशियाँ लख खुशियाँ पातशाहियाँ जे सतगुरु नदर करे जे सतगुरु नदर करे जे सतगुरु नदर करे जे सतगुरु नदर करे सतगुर नदर करे जे सतगुर नदर करे जे सतगुर नदर करे जे सतगुर नदर करे जे सतगुर नदर करे सतगुर नदर करे लख खुशियाँ लख खुशियाँ लख खुशियाँ पातशाहियाँ जे सतगुर नदर करे सतगुर नदर करे लख खुशियाँ लख खुशियाँ लख खुशियाँ पातशाहियाँ जे सतगुर नदर करे जे सतगुर नदर करे सब थोक पर आप ते
ਖਤ ਕਥ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪ ਦੇ ਜਿਸ ਲਿਖਿਆ ਹੋਵੇ ਮਤ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਸਤਿਗੁਰ ਨਦਰ ਕਰੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਸੁਸ਼ੋਚਿਤ ਲਾਏ ਮੇਰੇ ਮਨ ਇੱਕ ਸੁਸ਼ੋਚਿਤ ਲਾਏ ਇੱਕ ਸੁਬਿਨ ਸਭ ਧੰਧ ਹੈ ਸਭ ਮਿਥਿਆ ਮੋਮਾਏ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ
न दिल करे, सतगुरु न दिल करे। लख खुशियां, लख खुशियां, लख खुशियां पातशाया जे सतगुरु न दिल करे, सतगुर चरण गगे, जिसको पूरब लिखिया तिन सतगुर चरण गगे। लख खुशियां, लख खुशियां, लख खुशियां, लख खुशियां पातशाहियां जे सतगुरु न दिल करे, सतगुरु न दिल करे। लख खुशियां, लख खुशियां, लख खुशियां पातशाहियां जे सतगुरु न दिल करे, सफला घरी जित सच्चे नाल प्यार, जित सच्चे नाल प्यार, सफल मूरत सफला घरी जित सच्चे नाल प्यार, आधार जिस हरि का नाम आधार, बाह पकड़ गुरु का ढिया, बाह पकड़ गुरु का ढिया, सोई उतरिया पार। लख खुशियां, लख खुशियां, लख खुशियां पातशाहियां जे सतगुर न दिल करे, सतगुर न दिल करे। लख खुशियां, लख खुशियां, लख खुशियां पातशाहियां जे सतगुरु न दिल करे, जे सतगुरु न दिल करे। जिथे संत सभा, जिथे संत सभा, जिथे संत सभा, जिथे संत सभा, जिथे संत
ਸਭਾ ਜਿੱਥੇ ਸੰਤ ਸਭਾ ਜਿੱਥੇ ਸੰਤ ਸਭਾ ਸੰਤ ਸਭਾ ਜਿੱਥੇ ਸੰਤ ਸਭਾ ਖਾਨ ਸੁਹਾਵਾ ਪਵਿੱਤਰ ਹੈ ਜਿੱਥੇ ਸੰਤ ਸਭਾ ਦਿਨ ਪੂਰਾ ਗੁਰੂ ਲਭਾ ਨਾਨਕ ਬੱਧਾ ਘਰ ਤਹਾਂ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਜੇ ਸਤਿਗੁਰੂ ਨਦਰ ਕਰੇ ਜੇ ਸਤਿਗੁਰੂ ਨਦਰ ਕਰੇ ਜੇ ਸਤਿਗੁਰੂ ਨਦਰ ਕਰੇ ਸਤਿਗੁਰੂ ਜੀ ਦੀ ਨਜ਼ਰ ਵਿੱਚ ਲੋਕ ਪਰਲੋਕ ਦੇ ਸੁੱਖਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਅਸੀਂ ਕਈ ਵਾਰਾਂ ਇਹ ਸਮਝ ਲੈਂਦੇ ਹਾਂ ਕਿ ਗੁਰੂ ਨਜ਼ਰ ਕਰ ਦੇਵੇ ਤਾਂ ਕੇਵਲ ਦੁਨੀਆਂ ਦੇ ਸੁੱਖ ਮਿਲ ਜਾਂਦੇ ਹਨ ਨਹੀਂ ਇਹਨਾਂ ਸੁੱਖਾਂ ਤੋਂ ਵੀ ਕਰੋੜ ਗੁਣਾ ਵੱਧ ਸੁੱਖ ਦੇਣ ਵਾਲਾ ਜੋ ਪਰਮੇਸ਼ਰ ਦਾ ਸਿਮਰਨ ਹੈ ਨਾ ਨਾਮ ਹੈ ਉਹ ਪ੍ਰਾਪਤ ਹੋ ਜਾਂਦਾ ਜਦੋਂ ਉਹ ਨਦਰ ਕਰ ਦੇਵੇ ਪਰ ਜੇ ਕਦੋਂ ਮਿਟੇਗੀ ਜੇ ਮਿਟੇਗੀ ਜਦੋਂ ਅਸੀਂ ਆਪਣਾ ਆਪ ਗੁਰੂ ਦੇ ਅਰਪਣ ਕਰ ਦੇਵਾਂਗੇ ਭਾਈ ਸੰਤੋਖਾ ਔਰ ਉਸ ਦੀ ਘਰ ਵਾਲੀ ਮਾਈ ਪੇਖਾਂ ਘਰ ਵਿੱਚ ਔਲਾਦ ਕੋਈ ਨਹੀਂ ਪਰ ਪਰਮੇਸ਼ਰ 'ਤੇ ਕੋਈ ਰੋਸ ਵੀ ਕੋਈ ਨਹੀਂ ਬਈ ਕਿਉਂ ਨਹੀਂ ਦਿੱਤੀ ਮਨ ਵਿੱਚ ਸੋਚਦੇ ਹਨ ਜਿਹੜੀ ਵਸਤੂ ਪਰਮੇਸ਼ਰ ਨੇ ਦਿੱਤੀ ਹੈ ਉਹ ਸਾਡੇ ਲਈ ਸੁਖਦਾਇਕ ਹੈ ਜਿਹੜੀ ਨਹੀਂ ਦਿੱਤੀ ਉਹ ਸਾਡੇ ਲਈ ਚੰਗੀ ਨਹੀਂ ਹੋਣੀ ਤਾਂ ਹੀ ਉਹ ਨਹੀਂ ਦਿੱਤੀ ਭਲਾ ਪਿਤਾ ਵੀ ਆਪਣੇ ਬੱਚਿਆਂ ਨਾਲ ਕਦੇ ਕੋਈ ਇਸ ਤਰ੍ਹਾਂ ਕਰ ਸਕਦਾ ਪਿਤਾ ਤਾਂ ਉਹੀ ਵਸਤੂ ਦਿੰਦਾ ਜਿਹੜੀ ਚੰਗੀ ਹੋਵੇ ਭਾਈ ਸੰਤੋਖਾ ਉਹਦੀ ਘਰ ਵਾਲੀ ਅਨੰਦਪੁਰ ਸਾਹਿਬ ਵਿਖੇ ਆ ਕੇ ਗੁਰੂ ਕੇ ਲੰਗਰ ਵਿੱਚ ਸੇਵਾ ਸੰਭਾਲ ਲਈ ਦਿਨ ਰਾਤ ਸੇਵਾ ਕਰਦੇ ਰਹਿੰਦੇ ਹਨ ਭਾਈ ਸੰਤੋਖਾ ਅੰਮ੍ਰਿਤ ਵੇਲੇ ਜਾਗ ਕੇ ਨਿਤਨੇਮ ਕਰਕੇ ਜੰਗਲ ਵਿੱਚੋਂ ਲੱਕੜਾਂ ਚੁਗ ਲਿਆਉਂਦਾ ਫਿਰ ਲੰਗਰ ਦੇ ਜੂਠੇ ਬਰਤਨ ਮਾਂਜਦਾ ਝਾੜੂ ਦਿੰਦਾ ਮਾਈ ਭਿੱਖਾਂ ਲੋ ਅੱਗੇ ਬਹਿ ਕੇ ਦਿਨ ਰਾਤ ਪ੍ਰਸ਼ਾਦੇ ਪਕਾਈ ਜਾਂਦੀ ਹੈ ਲੱਕੜਾਂ ਦਾ ਧੂੰਆਂ ਲੱਗ ਲੱਗ ਕੇ ਤੇ ਦਿਖਣੋਂ ਵੀ ਰਹਿ ਗਿਆ ਪਰ ਪਰਵਾਹ ਨਹੀਂ ਆਤਮਾ ਬਲਵਾਨ ਹੁੰਦੀ ਹੈ ਸੇਵਾ ਕਰਕੇ ਆਤਮਾ ਬਲਵਾਨ ਹੈ ਭਾਵੇਂ ਸਰੀਰ ਲੱਗ ਜਾਏ ਗੁਰੂ ਦੀ ਸੇਵਾ ਵਿੱਚ ਧੰਨ ਭਾਗ ਸਮਝਾਂਗੇ ਪਿਆਰੀ ਸਾਧ ਸੰਗਤ ਜੀ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ ਅੰਮ੍ਰਿਤ ਵੇਲੇ ਦੇ ਕੀਰਤਨ ਦੀ ਸਮਾਪਤੀ ਹੋਈ ਤੇ ਆਪ ਕਹਿਣ ਲੱਗੇ ਭਾਈ ਦਇਆ ਸਿੰਘ ਅੱਜ ਅਸੀਂ ਭਾਈ ਲੰਗਰ ਵਿੱਚੋਂ ਹੋ ਕੇ ਮਹਿਲਾਂ ਨੂੰ ਜਾਣਾ ਹੈ ਤੇ ਭਾਈ ਦਇਆ ਸਿੰਘ ਸਮਝ ਗਏ
ਕਿ ਅੱਜ ਗੁਰੂ ਦੀ ਬਖਸ਼ਿਸ਼ ਹੋਣੀ ਹੈ, ਅੱਜ ਕਿਸੇ ਦੀ ਖਾਲੀ ਝੋਲੀ ਭਰਨ ਲਈ ਜਾਣਾ ਹੈ ਗੁਰੂ ਨੇ, ਅੱਜ ਕਿਸੇ 'ਤੇ ਰਹਿਮਤਾਂ ਦਾ ਮੀਂਹ ਵਸਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆ ਖੜੋਤੇ ਗੁਰੂ ਕੇ ਲੰਗਰ ਵਿੱਚ, ਜਿੱਥੇ ਮਾਈ ਭਿੱਖਾਂ ਪ੍ਰਸਾਦੇ ਪਕਾ ਰਹੀ ਸੀ। ਆਵਾਜ਼ ਦਿੱਤੀ, ਮਾਈ ਭਿੱਖਾਂ ਤੁਸੀਂ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ, ਤੁਹਾਡੀ ਸੇਵਾ ਕਾਲ ਥਾਂ ਪਈ ਹੈ, ਜੋ ਮੰਗਣਾ ਹੈ ਮੰਗ ਲਓ। ਮਾਈ ਭਿੱਖਾਂ ਕਹਿਣ ਲੱਗੀ, ਗਰੀਬ ਨਿਵਾਜ, ਮੈਨੂੰ ਮੰਗਣਾ ਨਹੀਂ ਆਉਂਦਾ, ਮੈਂ ਮੰਗਾਂ ਤੇ ਕੀ ਮੰਗਾਂ। ਮਨ ਵਿੱਚ ਸੋਚਦੀ ਹੈ, ਜੇ ਅੱਖਾਂ ਮੰਗ ਲਈਆਂ ਤਾਂ ਪੁੱਤਰ ਨਹੀਂ ਮਿਲੇਗਾ, ਜੇ ਪੁੱਤਰ ਮੰਗ ਲਿਆ ਤਾਂ ਅੱਖਾਂ ਨਾਲ ਵੇਖ ਨਾ ਪਾਵਾਂਗੀ, ਜੇ ਧਨ ਦੌਲਤ ਮੰਗ ਲਈ ਤਾਂ ਕਿਸ ਕੰਮ ਹੈ। ਮਹਾਰਾਜ ਸਮਝ ਗਏ ਕਿ ਮਾਈ ਸਿਆਣੀ ਹੈ, ਜਿਹੜੀ ਕਹਿੰਦੀ ਹੈ ਮੈਂ ਕਮਲੀ ਨੂੰ ਮੰਗਣਾ ਨਹੀਂ ਆਉਂਦਾ। ਤਾਂ ਮਹਾਰਾਜ ਕਹਿਣ ਲੱਗੇ, ਮਾਈ ਜੋ ਕੁਝ ਮੰਗਣਾ ਇੱਕੇ ਵਾਰੀ ਮੰਗ ਲੈ, ਘੜੀ ਮੁੜੀ ਨਹੀਂ ਮੰਗਣਾ। ਤਾਂ ਮਾਈ ਨੇ ਗੱਲ ਵਿੱਚ ਪੱਲਾ ਪਾਇਆ ਤੇ ਅਰਦਾਸ ਕੀਤੀ, ਮੰਗ ਮੰਗੇ ਭਿੱਖਾਂ। ਆਖਿਆ, ਮੰਗ ਕੀ ਮੰਗਦੀ ਹੈ? ਆਖੇ, ਜੀ ਸੋਨੇ ਦੀ ਮਧਾਣੀ ਹੋਵੇ, ਨੋ ਦੁੱਧ ਰਿੜਕਦੀ ਵੇਖਾਂ। ਮਹਾਰਾਜ ਬੜੇ ਖਿੜ ਖਿੜਾ ਕੇ ਹੱਸ ਪਏ, ਉਹ ਮਾਈ ਹੁਣੇ ਤਾਂ ਤੂੰ ਕਹਿ ਰਹੀ ਸੈ ਕਿ ਮੈਂ ਕਮਲੀ ਨੂੰ ਕੁਝ ਮੰਗਣਾ ਹੀ ਨਹੀਂ ਆਉਂਦਾ ਤੇ ਤੂੰ ਸਭ ਕੁਛ ਮੰਗ ਲਿਆ। ਆ ਸੋਨੇ ਦੀ ਮਧਾਣੀ ਤਾਂ ਉੱਥੇ ਹੀ ਰਿੜਕੀ ਜਾਏਗੀ ਜਿੱਥੇ ਵਾਹਿਗੁਰੂ ਨੇ ਬੇਅੰਤ ਦੌਲਤ ਦਿੱਤੀ ਹੋ, ਤੇ ਨੌਵੀਂ ਉਦੋਂ ਆ ਕੇ ਦੁੱਧ ਰਿੜਕੇਗੀ ਜਦੋਂ ਪੁੱਤਰ ਹੋਵੇਗਾ, ਜਵਾਨ ਹੋਏਗਾ, ਵਿਆਹ ਹੋਏਗਾ, ਤੇ ਨੌਂ ਆ ਕੇ ਦੁੱਧ ਰਿੜਕੇਗੀ ਨਾ। ਪੁੱਤਰ ਵੀ ਮੰਗ ਲਿਆ, ਆਪਣੀ ਉਮਰ ਵੀ ਮੰਗ ਲਈ, ਅੱਖਾਂ ਵੀ ਮੰਗ ਲਈਆਂ, ਬਈ ਇਹਨਾਂ ਅੱਖਾਂ ਨਾਲ ਵੇਖਾਂ ਵੀ ਸਹੀ। ਮਹਾਰਾਜ ਬੜੇ ਹੱਸੇ, ਕਹਿਣ ਲੱਗੇ, ਮਾਈ ਆ ਕੀ ਮੰਗਿਆ ਜੀ, ਇੱਕ ਵਾਰ ਫਿਰ ਮੰਗ। ਤੇ ਮਾਈ ਨੇ ਫਿਰ ਮੌਕਾ ਤਾੜਿਆ, ਬਈ ਗੁਰੂ ਨਾਨਕ ਦੇ ਘਰ ਵਿੱਚ ਕਿਹੜੀ ਕਮੀ ਹੈ? ਤਾਂ ਕਹਿਣ ਲੱਗੀ, ਮਹਾਰਾਜ ਮੰਗ ਮੰਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ, ਨੋ ਦੁੱਧ ਰਿੜਕਦੀ ਵੇਖਾਂ, ਵਿੱਚ ਚਵਾਰੇ ਪੋਤਾ ਖੇਡੇ, ਇਹ ਮੰਗ ਮੰਗੇ ਭਿੱਖਾਂ। ਮਹਾਰਾਜ ਤੇਰੇ ਘਰ ਕਿਸ ਗੱਲ ਦਾ ਘਾਟ ਹੈ? ਤਾਂ ਮਹਾਰਾਜ ਬੜੇ ਪ੍ਰਸੰਨ ਹੋ ਕੇ ਕਹਿਣ ਲੱਗੇ, ਜਾਓ ਤੁਸੀਂ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਤੁਹਾਡੀਆਂ ਮੁਰਾਦਾਂ ਪੂਰੀਆਂ ਕਰਨਗੇ। ਤੋ ਇਹ ਹਨ ਬਈ ਲੋਕ ਪਰਲੋਕ ਦੇ ਸੁੱਖ, ਗੁਰੂ ਨਾਨਕ ਦੀ ਨਜ਼ਰ ਵਿੱਚ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ